ਡਰਾਈਵਰ ਡੀਸੀਲ ਹੋਸਾਲਿਆ ਸਈਦ ਔਰ ਅਡੀਸ਼ਨਲ ਡਿਪਟੀ ਕਮਿਸ਼ਨਰ ਰੈਵਨਿਊ ਅਵੈਸ ਮਲਕ ਕੀ ਖਸੂਸੀ ਹਦਾਇਤ ਪਰ ਏਸੀ ਡਰਾਈਵਰ ਅਦਨਾਨ ਬਦਰ ਕੀ ਜ਼ੇਰੇ ਸਿਦਾਰਤ ਰਿਕਵਰੀ ਐਂਡ ਕੁਲੈਕਸ਼ਨ ਆਫ ਐਗਰੀਕਲਚਰ ਇਨਕਮ ਟੈਕਸ ਕੇ ਹਵਾਲੇ ਸੇ ਇਜਲਾਸ ਹੁਆ। ਇਜਲਾਸ ਮੇਂ ਨੈਬ ਤਹਿਸੀਲਦਾਰ ਪਟਵਾਰੀਓ ਔਰ ਦੀਗਰ ਕੀ ਸ਼ਿਰਕਤ। ਤਹਿਸੀਲ ਡਰਾਈਵਰ ਕਾ ਟੋਟਲ ਟਾਰਗੇਟ 88,09,937 ਥਾ। ਅਬ ਤੱਕ ਟੋਟਲ ਟੈਕਸ ਕੁਲੈਕਸ਼ਨ 34,28,09,407 ਹੋਈ ਹੈ। ਪਟਵਾਰੀਓ ਕੀ ਕਾਰਕਰਦਗੀ ਕਾ ਜਾਇਜ਼ਾ ਲੈਣੇ ਕੇ ਬਾਅਦ 7 ਪਟਵਾਰੀਓ ਕੋ ਨਾਕਸ ਕਾਰਕਰਦਗੀ ਪਰ ਵਾਰਨਿੰਗ ਲੈਟਰ ਜਾਰੀ ਕਰ ਦਿਏ ਗਏ। ਨੈਬ ਨੇ ਤਹਿਸੀਲਦਾਰ ਸੇ ਵੀ ਜਵਾਬ ਤਲਬੀ ਕਰ ਲਈ ਗਈ। ਅਲਾਵਾ ਜੇ ਬਿਹਤਰ ਕਾਰਕਰਦਗੀ ਕਾ ਮੁਜ਼ਾਹਰਾ ਕਰਨੇ ਵਾਲੇ 5 ਪਟਵਾਰੀਓ ਕੋ ਤਰੀਫੀ ਲੈਟਰ ਵੀ ਜਾਰੀ ਕੀਏ ਗਏ। ਮੀਟਿੰਗ ਰੋਜ਼ਾਨਾ ਕੇ ਬੁਨਿਆਦ ਪਰ ਮੁਨੱਕਦ ਕੀ ਜਾਏਗੀ। ਟੈਕਸ ਕੀ ਅਦਮ ਅਦਾਇਗੀ ਹਰਗਜ਼ ਕਾਬਲੇ ਕਬੂਲ ਨਾ ਹੋਗੀ। ਏਸੀ ਡਰਾਈਵਰ ਨੇ ਤਮਾਮ ਰੈਵਨਿਊ ਸਟਾਫ ਕੋ ਟਾਰਗੇਟ 3 ਦਿਨ ਮੇਂ ਮੁਕੰਮਲ ਕਰਨੇ ਕੀ ਹਦਾਇਤ ਕਰ ਦੀ। ਕੈਸਰ ਅਮੀਨ, ਸਿਟੀ ਨਿਊਜ਼, ਡਰਾਈਵਰ। हम लाते हैं टॉप न्यूज, आपके फेवरेट टॉक शोज और अनलिमिटेड एंटरटेनमेंट सिर्फ यूट्यूब पर। अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें।